ਪੰਜਾਬ ਦੇ ਕਈ ਹਿੱਸਿਆਂ ਵਿੱਚ ਅੱਜ ਈਡੀ ਵੱਲੋਂ ਜਿਹੜੀ ਰੇਡ ਕੀਤੀ ਗਈ ਹੈ ਅਤੇ ਫਿਰੋਜ਼ਪੁਰ ਦੇ ਵਿੱਚ ਡਿਪਟੀ ਕਮਿਸ਼ਨਰ ਦੇ ਘਰ ਦੇ ਵਿੱਚ ਵੀ ਅੱਜ ਰੇਡ ਕੀਤੀ ਗਈ ਹੈ। ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਵੀ ਕਿਸ ਤਰ੍ਹਾਂ ਪੁਲਿਸ ਦੇ ਜਿਹੜੇ ਅਫਸਰ ਵੀ ਜੱਥੇ ਇੱਥੇ ਪਹੁੰਚ ਰਹੇ ਨੇ ਵੀ ਉਹਨਾਂ ਦਾ ਤੁਹਾਨੂੰ ਤਸਵੀਰਾਂ ਜਿਹੜੀਆਂ ਸਾਫ਼ ਅਸੀਂ ਦਿਖਾ ਰਹੇ ਹਾਂ ਵੀ ਦੋ ਗੱਡੀਆਂ ਦੇ ਵਿੱਚ ਜਿਹੜੇ ਸਿਵਲ ਜਿਹੜੇ ਪੁਲਿਸ ਦੇ ਅਧਿਕਾਰੀ ਜਿਹੜੇ ਹੈਗੇ ਨੇ ਉਹ ਇੱਥੇ ਆਏ ਨੇ ਅਤੇ ਜੋ ਤਸਵੀਰਾਂ ਵਿੱਚ ਸਾਫ਼ ਨਜ਼ਰ ਆ ਰਿਹਾ ਕਿਉਂਕਿ ਇਹ 2016 ਦਾ ਇੱਕ ਮਾਮਲਾ ਹੈ ਜਿਹੜਾ ਦੱਸਿਆ ਗਿਆ ਵੀ ਅਮਰੂਦ ਘੁਟਾਲਾ ਸੀਗਾ ਜਿਹਦੀ ਗਾਜ ਜਿਹੜੀ ਹੈਗੀ ਹੁਣ ਰਜੇਸ਼ ਧਮਾਨ 'ਤੇ ਵੀ ਜਿਹੜੀ ਆ ਉਹ ਡਿੱਗੀ ਲੱਗਦੀ ਦਿਖਾਈ ਦੇ ਰਹੀ ਹੈ ਜੋ ਸੂਤਰਾਂ ਤੋਂ ਜਿਹੜੀ ਖਬਰ ਉਹ ਸਾਹਮਣੇ ਆ ਰਹੀ ਹੈ ਕਿਉਂਕਿ ਸੂਤਰਾਂ ਮੁਤਾਬਿਕ ਰਜੇਸ਼ ਧਮਾਨ ਦੇ ਜਦੋਂ ਡਾਇਰੈਕਟਰ ਸੀਗੇ ਗਮਾਡਾ ਦੇ ਉਦੋਂ ਦਾ ਇਹ ਮਾਮਲਾ ਸੀਗਾ ਅਤੇ ਉਸ ਤੋਂ ਬਾਅਦ ਜਿਹੜੀ ਅੱਜ ਦੇ 2 ਘੰਟੇ ਉਹਨਾਂ ਨੂੰ ਫਿਰੋਜ਼ਪੁਰ ਰਿਆਜ ਦੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਿਆਜ ਰਜੇਸ਼ ਧਮਾਨ ਦੇ ਘਰ ਜਿਹੜੀ ਆ ਉਹ ਪੁੱਛਗਿੱਛ ਉਹਨਾਂ ਕੋਲ ਹੋਈ ਅਤੇ ਉਸ ਤੋਂ ਬਾਅਦ ਸੂਤਰਾਂ ਮੁਤਾਬਿਕ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਵੀ ਡਿਪਟੀ ਕਮਿਸ਼ਨਰ ਨੂੰ ਜਿਹੜੀ ਈਡੀ ਦੀ ਟੀਮ ਹੈ ਉਹ ਆਪਣੇ ਨਾਲ ਹੀ ਲੈ ਗਈ ਹੈ ਅਤੇ ਉਸ ਤੋਂ ਬਾਅਦ ਹੀ ਜਿਹੜਾ ਇੱਕ ਵੱਡੇ ਖੁਲਾਸੇ ਜਿਹੜੇ ਆ ਹੋ ਸਕਣਗੇ ਵੀ ਆਖਿਰ ਉਹ ਕੀ ਮਾਮਲਾ ਸੀ ਕਿੰਨੇ ਕਰੋੜਾਂ ਦਾ ਜਿਹੜਾ ਮਾਮਲਾ ਸੀ ਜਿਹਦੇ ਵਿੱਚ ਇਹ ਦਬਿਸ਼ ਹੋਈ ਹੈ ਅਤੇ ਉਹਨਾਂ ਕੋਲ ਜਿਹੜੀ ਪੁੱਛਗਿੱਛ ਕੀਤੀ ਗਈ ਹੈ ਕਿਉਂਕਿ ਪੰਜਾਬ ਦੇ ਇੱਕ ਹੋਰ ਹਿੱਸੇ ਦੇ ਵਿੱਚ ਵੀ ਐਕਸਾਈਜ਼ ਅਤੇ ਜਿਹੜੇ ਵਿਭਾਗ ਦੇ ਜਿਹੜੇ ਅਧਿਕਾਰੀ ਸੀ ਉਹਨਾਂ ਦੇ ਘਰ ਵੀ ਜਿਹੜੀ ਰੇਡ ਹੋਈ ਹੈ ਵੀ ਕਹਿ ਸਕਦੇ ਹਾਂ ਵੀ 31 ਦੇ ਕਰੀਬ ਜਿਹੜੀਆਂ ਰੇਡਾਂ ਜਿਹੜੀਆਂ ਅੱਜ ਪੰਜਾਬ ਦੇ ਵਿੱਚ ਹੋਈਆਂ ਉਸੇ ਦੌਰਾਨ ਦੇ ਵਿੱਚ ਹੀ ਫਿਰੋਜ਼ਪੁਰ ਵਿੱਚ ਵੀ ਇੱਕ ਵੱਡੀ ਰੇਡ ਜਿਹੜੀ ਹੋਈ ਆ ਕਿਉਂਕਿ ਅਮਰੂਦ ਘੁਟਾਲਾ ਜਿਹੜਾ 2016 ਤੋਂ ਚੱਲਦਾ ਆ ਰਿਹਾ ਸੀਗਾ ਉਦੋਂ ਇਹ ਡਾਇਰੈਕਟਰ ਸੀਗੇ ਗਮਾਡਾ ਦੇ ਅਤੇ ਉਦੋਂ ਇਹਨਾਂ ਨੇ ਆਪਣੇ ਪਤਨੀ ਦੇ ਨਾਮ 'ਤੇ ਵੀ ਜਿਹੜਾ ਵੀ ਇਹਨਾਂ ਨੇ ਇੱਕ ਠੇਕੇ ਲਏ ਸੀਗੇ ਉਹਦੀ ਜਿਹੜੀ ਜਾਂਚ ਜਿਹੜੀ ਆ ਉਹ ਲਗਾਤਾਰ ਚੱਲਦੀ ਪਈ ਸੀ ਅਤੇ ਹੁਣ 2024 ਦੇ ਵਿੱਚ ਇਹ ਜਾਂਚ ਜਿਹੜੀ ਆ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਜਿਹੜੇ ਤਰਾਜ ਸੀਗੇ ਰਜੇਸ਼ ਧਮਾਨ ਉਹਨਾਂ ਦੇ ਕੋਲ ਜਿਹੜੀ ਪੁੱਛਗਿੱਛ ਕੀਤੀ ਗਈ ਆ ਅਤੇ ਉਸ ਤੋਂ ਬਾਅਦ ਹੀ ਜਿਹੜਾ ਵੀ ਉਹਨਾਂ ਨੂੰ ਪੁੱਛਗਿੱਛ ਕਰਨ ਤੋਂ ਬਾਅਦ ਜਿਹੜਾ ਅਰੈਸਟ ਕੀਤਾ ਗਿਆ ਅਤੇ ਉਸ ਤੋਂ ਬਾਅਦ ਜਿਹੜੀ ਜਾਂਚ ਜਿਹੜੀ ਆ ਉਹ ਅੱਗੇ ਚੱਲਣ ਦਾ ਖਰਚਾ ਹੈ ਕਿਉਂਕਿ ਸੂਤਰਾਂ ਮੁਤਾਬਿਕ ਜਾਣਕਾਰੀ ਏਰੀ ਆ ਰਹੀ ਹੈ ਵੀ ਜਿਹੜੀ ਈਡੀ ਦੀ ਜਿਹੜੀ ਟੀਮ ਹੈਗੀ ਆ ਕੁਛ 1-2 ਜਿਹੜੇ ਅਧਿਕਾਰੀ ਨੇ ਹੋ ਸਕਦਾ ਵੀ ਹਜੇ ਵੀ ਡਿਪਟੀ ਕਮਿਸ਼ਨਰ ਦੇ ਘਰ ਦੇ ਅੰਦਰ ਆਉਣ ਕਿਉਂਕਿ ਸਵੇਰੇ 8:30 ਵਜੇ ਜਿਹੜੀ ਰੇਡ ਹੋਈ ਸੀਗੀ ਉਸ ਤੋਂ ਬਾਅਦ ਹੀ ਜਿਹੜਾ ਵੀ ਰਜੇਸ਼ ਧਮਾਨ ਜਿਹੜੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਆ ਉਹਨਾਂ ਨੂੰ ਜਿਹੜਾ ਉਹਨਾਂ ਦੀ ਈਡੀ ਟੀਮ ਨੇ ਆਪਣੇ ਨਾਲ ਲੈ ਲਿਆ ਅਤੇ ਹੁਣ ਜਿਹੜੇ ਅਧਿਕਾਰੀਆਂ ਦਾ ਜਿਹੜਾ ਪੁਲਿਸ ਅਧਿਕਾਰੀਆਂ ਦਾ ਜਿਹੜਾ ਇੱਥੇ ਆਉਣਾ ਜਾਣਾ ਉਹ ਲੱਗਾ ਜੋ ਇਸ ਤਸਵੀਰਾਂ ਵਿੱਚ ਵੀ ਤੁਹਾਨੂੰ ਸਾਫ਼ ਦਿਖਾ ਰਹੇ ਹਾਂ ਵੀ ਇੱਕ ਵੱਡਾ ਮਾਮਲਾ ਅਤੇ ਇੱਕ ਵੱਡੀ ਖਬਰ ਜਿਹੜੀ ਆ ਉਹ ਪੰਜਾਬ ਦੇ ਫਿਰੋਜ਼ਪੁਰ ਵਿੱਚੋਂ ਨਿਕਲ ਕੇ ਜਿਹੜੀ ਆ ਰਹੀ ਆ ਕਿਉਂਕਿ ਜਿਹੜੇ ਅਧਿਕਾਰੀ ਹੈਗੇ ਨੇ ਵੀ ਜਿਹੜੇ ਡਿਪਟੀ ਕਮਿਸ਼ਨਰ ਖਾਸ ਤੌਰ 'ਤੇ ਚੋਣ ਜਾਬਤਾ ਲੱਗਾ ਉਸਦੇ ਦੌਰਾਨ ਹੀ ਡਿਪਟੀ ਕਮਿਸ਼ਨਰ ਦੇ ਘਰੇ ਜਿਹੜੀ ਆ ਉਹ ਈਡੀ ਦੀ ਟੀਮ ਨੇ ਦਬਿਸ਼ ਦਿੱਤੀ ਆ ਅਤੇ ਸੂਤਰਾਂ ਮੁਤਾਬਿਕ ਜਾਣਕਾਰੀ ਆ ਰਹੀ ਹੈ ਵੀ ਈਡੀ ਦੀ ਟੀਮ ਨੇ ਡਿਪਟੀ ਕਮਿਸ਼ਨਰ ਨੂੰ ਪੁੱਛ ਕੇ ਤੋਂ ਬਾਅਦ ਆਪਣੇ ਨਾਲ ਹੀ ਜਿਹੜੇ ਲੈ ਗਿਆ ਅਤੇ ਅਸਮ ਜਿਹੜੇ ਅਧਿਕਾਰੀ ਆ ਵੀ ਉਹਨਾਂ ਦੀ ਗੱਡੀਆਂ ਵੀ ਸਾਫ਼ ਤੌਰ 'ਤੇ ਤੁਹਾਨੂੰ ਦਿਖਾਈ ਦੇ ਰਿਹਾ ਵੀ ਕਿਸ ਤਰ੍ਹਾਂ ਉਹ ਆਏ ਨੇ ਉਹਨਾਂ ਨੇ ਵੀ ਅੰਦਰ ਜਿਹੜੇ ਪੁੱਛਗਿੱਛ ਕੀਤੀ ਆ ਅਤੇ ਉਸ ਤੋਂ ਬਾਅਦ ਉਹਨੂੰ ਵਾਪਸ ਵੀ ਜਾਂਦੇ ਦਿਖਾਈ ਦੇ ਰਹੇ ਨੇ ਵੀ ਇਸ ਗੱਲ ਤੋਂ ਜਿਹੜਾ ਬੋਲਣ ਨੂੰ ਵੀ ਕੁਛ ਤਿਆਰ ਜਿਹੜੇ ਅਧਿਕਾਰੀ ਆ ਉਹ ਨਜ਼ਰ ਨਹੀਂ ਆ ਰਹੇ ਭਾਵੇਂ ਸਾਰੀ ਖਬਰ 'ਤੇ ਅਧਿਕਾਰੀ ਪੁੱਛੀ ਕੋਈ ਨਹੀਂ ਹੋਈ ਲੇਕਿਨ ਜੋ ਤਸਵੀਰਾਂ ਜਿਹੜੀਆਂ ਛਲ ਕੇ ਸਾਹਮਣੇ ਆ ਰਹੀਆਂ ਉਹ ਇਸ ਗੱਲ ਦੀਆਂ ਗਵਾਹੀਆਂ ਭਰਦੀਆਂ ਜ਼ਰੂਰ ਨਜ਼ਰ ਆ ਰਹੀਆਂ ਵੀ ਕੁਛ ਨਾ ਕੁਛ ਤਾਂ ਜਿਹੜੇ ਹਾਲਾਤ ਐਵੇਂ ਦੇ ਪੈਦਾ ਹੋਏ ਨੇ ਜਿਹਦੇ ਵਿੱਚ ਈਡੀ ਜਿਹੜੀ ਇੱਥੇ ਪਹੁੰਚੀ ਹੈ ਅਤੇ ਡਿਪਟੀ ਕਮਿਸ਼ਨਰ ਨੂੰ ਆਪਣੇ ਨਾਲ ਜਿਹੜੀ ਆ ਉਹ ਲੈ ਗਈ ਆ। ਕੈਮਰਾਮੈਨ ਦੇ ਨਾਲ ਦੈਨਿਕ ਸਵੇਰਾ ਫਿਰੋਜ਼ਪੁਰ ਤੋਂ ਸਰਬਜੀਤ ਸਿੰਘ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ WhatsApp ਚੈਨਲ ਪਰ।